लोक गायक बल साहू पुरिया दी माता दी अंतिम अरदास मौके कित्ते श्रद्धा दे फुल भेट। पंजाबी लोक गायक बल साहू पुरिया दे पिंड साहूपुर विखे गुरु ग्रंथ जी दी हजूरी विच अंतिम अरदास कीती गई अते रस भिन्ना कीर्तन कीता गया। इस मौके ते वख-वख कलाकारां अते राजनीतिक आगुआं वल्लों माता जी नूं श्रद्धा दे फुल भेट कीते गए। इस वेले असी बल साहूपुरिया जी की जो माता जी के भोग से पहुंचे हुए हैं, जिड़े कि बहुत अच्छे कलाकार है जिन्हों का काफ़ी नाम है। तो बल साहूपुरिया जी थोड़ी माता जी जी पूरे हुए हैं तो उन्होंने किन्नी उम्र सी? सब तो पहला वाहिगुरु खालसा वाहिगुरु जी फतेह। आर टी वी वन रोपड़ दा सारी टीम धन्यवादी है जो मेरे अज ग्रह से पहुंचे ने। माता जी की उम्र तकरीबन 63 साल की उम्र सी भाजी, अचानक उन्हां दी जो मौत हो चुकी है। अज वाहिगुरु चरणों में जान वजे ने। कदों मौत हुई है जी? सवेरे ते दा समां सीगा 4 तरीक का, जदों 4:30 बजे के करीब माता जी ने अपने विश्वासां दी पूंजी त्यागी है, इस संसार तो अलविदा कह चुके ने। ਕਿੰਨੀ ਉਮਰ ਸੀ ਉਹਨਾਂ ਦੀ? ਉਮਰ 63 ਸਾਲ ਸੀਗੀ ਜੀ। ਬੱਚੇ ਕਿੰਨੇ ਭਰਾ ਸੀ? ਅਸੀਂ 3 ਭਰਾ ਏ, ਸਭ ਤੋਂ ਵੱਡਾ ਮੈਂ ਜੀ ਬਲ ਸਾਹੂਪੁਰੀਆ, ਅਤੇ ਛੋਟਾ ਭਰਾ ਹਰਪਾਲ ਸਿੰਘ, ਅਤੇ ਉਹ ਤੋਂ ਛੋਟਾ ਰਕੇਸ਼ ਸੋਹਲ। 3 ਭਰਾ ਸੀ ਅਤੇ 2 ਸਾਡੇ ਮੈਰਿਜ ਹੈ, ਇੱਕ ਅਨਮੈਰਿਡ ਹੈ ਛੋਟਾ ਭਰਾ। ਅਤੇ ਹੋਰ ਕੌਣ ਕੌਣ ਹਸਤੀਆਂ ਪਹੁੰਚੀਆਂ ਇੱਥੇ? ਇਸ ਸੋਗ ਦੇ ਸਮੇਂ 'ਚ ਬਹੁਤ ਮਹਾਨ ਹਸਤੀਆਂ ਜੋ ਕਿ ਮਾਤਾ ਜੀ ਦਾ ਸੋਗ ਜਿਨ੍ਹਾਂ ਨੂੰ ਸਾਂਝਾ ਕੀਤਾ ਹੈਗਾ, ਅਤੇ ਐਡਵੋਕੇਟ ਦਿਨੇਸ਼ ਚੱਡਾ ਜੀ, ਉਹ ਹਲਕਾ ਰੂਪਨਗਰ ਤੋਂ ਉਮੀਦਵਾਰ ਨੇ, ਅਤੇ ਆਪਣਾ ਸਾਡੇ ਪੰਜਾਬੀ ਲੋਕ ਗਾਇਕੀ ਦੇ ਜੋ ਕਿ ਬੜੇ ਚਮਕਦੇ ਸਤਾਰੇ ਮੇਰੇ ਵੀਰ ਹਰਮਿੰਦਰ ਨੂਰਪੁਰੀ ਜੀ, ਅਤੇ ਧਰਮ ਸਿੰਘ ਤਾਲਵ ਜੀ, ਜਸਪਾਲ ਰਾਣਾ ਜੀ, ਅਲਨ ਜਸਦੀਪ ਜੀ, ਮਾਨ ਮਸਤਾਨਾ ਜੀ, ਗੀਤਕਾਰ ਨੇਕ ਬਰੰਗ ਜੀ, ਪ੍ਰਗਟ ਸਿੰਘ ਮਰਾੜ ਅਤੇ ਨਿਰਮਲ ਨਿੰਮਾ ਜੀ, ਹੋਰ ਅਨੇਕਾਂ ਰੂਹਾਂ ਇੱਥੇ ਪਹੁੰਚੀਆਂ ਨੇ। ਮੈਂ ਸਾਰਿਆਂ ਤਹਿ ਦਿਲੋਂ ਧੰਨਵਾਦ ਦੀ ਹਾਂ ਜਿਹੜੇ ਜਿਹੜੇ ਮੇਰੇ ਵੀਰ, ਅਤੇ ਬਰਿੰਦਰ ਢਿੱਲੋਂ ਜੀ ਸਾਡੇ ਜੋ ਹਲਕਾ ਰੂਪਨਗਰ ਤੋਂ ਨੌਜਵਾਨ ਸਮਾਜ ਸੇਵੀ ਕਾਂਗਰਸ ਤੋਂ ਉਮੀਦਵਾਰ ਨੇ, ਉਹਨਾਂ ਦੀ ਟੀਮ ਵੀ ਪਹੁੰਚੀ ਹੈ। ਮੈਂ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਪਰਿਵਾਰ ਵੱਲੋਂ ਜੀ। ਧੰਨਵਾਦ ਜੀ। ਸੰਜੀਵ ਬਲ ਸੋਪਰੇ ਜੀ, ਜਿਨ੍ਹਾਂ ਦੀ ਮਾਤਾ ਦਾ ਅਚਾਨਕ ਜਿਹੜੇ ਪਿਛਲੇ ਦਿਨ ਜਿਹੜੇ ਸਿੱਧੀ ਵੀ ਵਿਛੋੜਾ ਦੇ ਗਏ ਸਨ, ਅਤੇ ਸਾਡੀ ਪੂਰੀ ਟੀਮ ਵੱਲੋਂ ਅਸੀਂ ਵੀ ਸ਼ਰਧਾ ਦੀ ਫੁੱਲ ਭੇਟ ਕਰਦੇ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਬਹੁਤ ਹੀ ਸੋਗਮਈ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਸਾਡੇ ਬਹੁਤ ਹੀ ਉਮਦਾ ਫਨਕਾਰ ਵੱਡੇ ਵੀਰ ਬਲ ਸਾਹੂਪੁਰੀਆ ਜੀ ਦੀ ਮਾਤਾ ਜੀ ਸਾਨੂੰ ਸਿੱਧੀ ਵੀ ਵਿਛੋੜਾ ਦੇ ਗਏ ਸੀ। ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅੱਜ ਭੋਗ 'ਤੇ ਅਸੀਂ ਪਹੁੰਚੇ ਸੀ। ਸੋ ਮੇਰੇ ਵੱਲੋਂ ਵਾਹਿਗੁਰੂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਣ ਅਤੇ ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਸੋ ਵਾਹਿਗੁਰੂ ਅੱਗੇ ਅਰਦਾਸ ਬੇਨਤੀਆਂ ਕਰਦਾ ਹੋਇਆ ਤੁਹਾਡਾ ਆਪਣਾ ਹਰਮਿੰਦਰ ਨੂੰ।